जी वालेकुम सलाम। ओए अपने डॉक्टर नु बुला। डॉक्टर साहब आ रहा हूं। डॉक्टर साहब नु मिलना जी। हां जी डॉक्टर आ रहा हूं। पिंडो ताडी रिश्तेदार आई है। बकवास बंद तो डॉक्टर साहब नु बुला। आ गए ने। ए देखो जी हेलो। तोनु तो मैं पहले भी किधर देखया जी। और टीवी चैनल वाला नहीं है इस समय। हां एकदम बदल ही गए डॉक्टर साहब। जी जी तन्हा भी रहंदे हो ते मेरे कपड़े भी रहंदे हो मेनू छुट्टी दे दियो। खानी मैं तो लत्त बन्नन दे होना उस टाइम स्लो मोशन बगैर लम्मा नक वे भरे भरे नवी दिलदार वे नक तेरा मुंह तो किन्ना मार वे लाला दवे मैनू टक वे तेरे वाला साहब दा ऑपरेशन। एक मिनट बाबा आ गया जे दुरमण साईं। आजा जी। अस्सलाम वालेकुम। किधर आए हो? वाह सलाम। तन सारे ने इनवाइट करन आईया। इन्ने इन्ने बंदे थोड़े नहीं कह दे नहीं मेरे साल गिरा है। असि मियां बीवी इकट्ठे ही आवा। एडा जेड़ा तू मेनू रंगदार परांडा ले के दित्ता वा मेरी सौजा मुतरमा। जिन्ना छोटा तेरा मुंह है तेरे मुंह च गन्ना पावा विच जूस निकलेगा। देखो असि चाहने की छोटी जी सालगिरह इथे भी करिए। अपने मुंह की गल ही खोल लिए। कुछ बच भी जाएंगे बगैर तेको गल बनाई होंगी सी। मैं समझा मिस कर जाएगा जी। इतना काम की है पांच बजन का गोया तेरे प्यो ने करना। जेड़ा पहला किता वो तेरे प्यो ने चुकना है। हो गया फैसला। मैं ना कुछ क्या करो। क्यों जी मैं वैसे ही देते ना बड़ा तरस आंदा है। बड़ा मस्कीन चलो ना मैं दिल करता तेरी मदद करा। अच्छा जी अपना टेलीफोन नंबर दे। ले लो जी। हां दस 0345 0345 14 अगस्त 1947 इजाजत
ਤੇ ਡਾਂਸ ਹੀ ਕਰਨਾ ਪਹਿਲਾਂ ਤੁਸੀਂ ਕਦੋਂ ਖਰਾਦਾ ਦਾ ਕੰਮ ਕਰਦੇ ਹੋ ਹੈ ਕੌਣ ਕਰੇਗਾ ਰਿਸ਼ਵਤਖੋਰੀ ਦਾ ਇਲਾਜ ਕੌਣ ਕਰੇਗਾ ਚੋਰ ਬਜ਼ਾਰੀ ਦਾ ਇਲਾਜ ਤੇ ਕੌਣ ਕਰੇਗਾ ਦਹਿਸ਼ਤਗਰਦੀ ਦਾ ਇਲਾਜ ਅੱਜ ਤਾਂ ਇਨਸਾਨ ਜ਼ਾਲਮ ਹੋ ਗਿਆ ਹੈ ਇਨਸਾਨ ਇਨਸਾਨ ਦਾ ਖੂਨ ਕਰ ਰਿਹਾ ਹੈ ਹਰ ਇਨਸਾਨ ਦੂਸਰੇ ਇਨਸਾਨ ਨੂੰ ਛੁਰੀ ਮਾਰ ਕੇ ਅੱਗੇ ਜਾਣਾ ਚਾਹੁੰਦਾ ਹੈ ਅਸੀਂ ਲੋਕ ਕਿਸ ਦਿਨ ਠੀਕ ਹੋਵਾਂਗੇ ਡਾਕਟਰ ਸਾਹਿਬ ਮੰਗਲ ਵਾਲੇ ਦਿਨ ਸਮਝ ਆ ਰਹੀ ਵੀ ਕਿਸ ਵਾਸਤੇ ਆਇਆ ਭੌਂਕਣ ਲੱਗ ਪਏ ਹੁੰਦੇ ਆ ਕੀ ਹੋਇਆ ਸਾਨੂੰ ਲੋਕਾਂ ਨੂੰ ਇੰਨੀ ਛੇਤੀ ਪੈ ਗਈ ਹੈ 30 ਸੈਕਿੰਡ ਦਾ ਟ੍ਰੈਫਿਕ ਇਸ਼ਾਰਾ ਹੁੰਦਾ ਕੋਈ ਰੁਕਣਾ ਗਵਾਰਾ ਨਹੀਂ ਕਰਦਾ ਡਾਕਟਰ ਸਾਹਿਬ ਜਿਹਦਾ ਇਸ਼ਾਰਾ ਬੰਦ ਹੈ ਉਹ ਤੇ ਖੜੋਤਾ ਹੈ ਉਹ ਵੀ ਚੱਲ ਰਿਹਾ ਜਿਹਦਾ ਖੁੱਲ੍ਹਾ ਹੈ ਉਹ ਵੀ ਚੱਲ ਰਿਹਾ ਜਿਹੜਾ ਥੋੜ੍ਹੀ ਦੇਰ ਦੇ ਜਿਹੜੀ ਕੌਮ ਥੋੜ੍ਹੀ ਦੇਰ ਦੇ ਟ੍ਰੈਫਿਕ ਇਸ਼ਾਰੇ ਤੇ ਨਹੀਂ ਖੜੋ ਸਕਦੀ ਉਹ ਆਪਣੇ ਪੈਰਾਂ ਤੇ ਕਿਸ ਤਰ੍ਹਾਂ ਖੜੋਏਗੀ ਬਹੁਤ ਅੱਛੇ ਬੜੀ ਖੂਬਸੂਰਤ ਤੂੰ ਗੱਲ ਕੀਤੀ ਹੈ ਅਲਿਆ ਅੰਦਰੋਂ ਪਿਸਤੌਲ ਮੈਂ ਤੈਨੂੰ ਦਾਤ ਦੇਣਾ ਚਾਹੁੰਦਾ ਆਇਆ ਕਿਵੇਂ ਇੱਥੇ ਕਤਾਰ ਵਿੱਚ ਖਲੋਣਾ ਅਸੀਂ ਲੋਕ ਆਪਣੀ ਤੋਹੀਨ ਸਮਝਨੇ ਆ ਜੈਸ ਕੰਮ ਦੀ ਵੀ ਰਿਸ਼ਵਤ ਦੇਣੀ ਪੈਂਦੀ ਹੈ ਸ਼ਰਾਫਤ ਛੱਡ ਦਿੱਤੀ ਔਰਤਾਂ ਨੇ ਔਰਤਾਂ ਨੇ ਨੱਚਣ ਗਾਉਣ ਦਾ ਕੰਮ ਸ਼ੁਰੂ ਕਰਤਾ ਨਜਾਇਜ਼ ਬੱਚੇ ਜੰਮ ਰਹੇ ਤੇ ਬੱਚੇ ਕਾਲੀ ਟੋਪੀ ਪਾ ਕੇ ਫਿਰ ਰਹੇ ਨੇ ਮੈਨੂੰ ਕਹਿ ਰਹੇ ਕਾਲੀ ਟੋਪੀ ਵਾਲੇ ਨੂੰ ਵਾਕਈ ਇਸ ਦੌਰ ਦੀ ਔਰਤ ਬੜੀ ਜ਼ਾਲਮ ਹੋ ਗਈ ਅੱਛਾ ਜੀ ਫਿਰਨੇ ਬੱਚੇ ਜੰਮਦੇ ਸਹੀ ਕਹਿ ਰਹੇ ਹੋ ਡਾਕਟਰ ਸਾਹਿਬ ਤੁਸੀਂ ਹਾਂਜੀ ਔਰਤਾਂ ਨੇ ਆਪਣੀਆਂ ਮਰਜ਼ੀਆਂ ਸ਼ੁਰੂ ਕਰ ਦਿੱਤੀਆਂ ਔਰ ਬੰਦਿਆਂ ਨੇ ਘਰਾਂ 'ਚ ਕਲੀਨਿਕ ਬਣਾ ਲਏ ਨੇ ਹੈਲੋ ਬਗੈਰ ਬਗੈਰ ਨਿਕਾਹ ਤੋਂ ਹਰ ਰੰਗ ਦੇ ਗਾਉਣ ਪਵਾ ਕੇ ਬੱਚੇ ਜੰਮ ਰਹੀਆਂ ਨੇ ਕਿਵੇਂ ਆਏ ਹੋ ਦੌਰ ਉਹ ਨਹੀਂ ਰਿਹਾ ਜ਼ਮਾਨਾ ਬਦਲ ਗਿਆ ਬੰਦੇ ਤੇ ਬੰਦਾ ਚੜਿਆ ਹੈ ਮੈਂ ਜਰਮਨ ਗੱਲ ਕਰ ਰਿਹਾ ਮੈਂ ਚੱਲ ਕੱਲੇ ਕੱਲੇ ਬੈਠੇ ਨੇ ਮੈਨੂੰ ਚੈੱਕ ਕਰੋ ਡਾਕਟਰ ਸਾਹਿਬ ਉਰੇ ਆਓ ਡਾਕਟਰ ਸਾਹਿਬ ਮੇਰਾ ਮਸਲਾ ਬੜਾ ਅਜੀਬ ਹੈ ਮੈਂ ਕੱਲਾ ਬਿਮਾਰ ਨਹੀਂ ਡਾਕਟਰ ਸਾਹਿਬ ਪੂਰਾ ਮਾਸ਼ਰਾ ਬਿਮਾਰ ਹੈ ਤੇ ਮੈਂ ਮਾਸ਼ਰਾ ਕਿਵੇਂ ਠੀਕ ਕਰੀਏ ਜੀ ਦੌਰ ਉਹ ਨਹੀਂ ਰਿਹਾ ਜ਼ਮਾਨਾ ਬਦਲ ਗਿਆ ਹੈ ਬੰਦੇ ਤੇ ਬੰਦਾ ਚੜਿਆ ਹੈ ਆ ਇੱਕ ਸੈਕਿੰਡ ਹੋਲਡ ਕਰਨਾ ਜ਼ਰਾ ਕੀ ਹੋਇਆ ਹੈਲੋ ਜੀ ਨਹੀਂ ਨਹੀਂ ਕੀ ਹੋਇਆ ਬਾਜ ਕੇ ਘਰ ਜਾ ਕਿਉਂ ਬੰਦੇ ਤੇ ਬੰਦਾ ਚੜੇ ਮਾਫ ਕਰਨਾ ਵੈਸੇ ਕੀ ਮਹਿਸੂਸ ਕਰਦੇ ਹੋ ਖਾਬ ਆਉਂਦੇ ਆ ਡਾਕਟਰ ਸਾਹਿਬ ਕੀ ਖਾਬ ਆਉਂਦੇ ਨੇ ਰੋਜ਼ ਖਾਬ ਵਿੱਚ ਪਠਾਨ ਆਉਂਦੇ ਆ ਮੇਰੇ ਕੀ ਬਾਤ ਬਚਿਆ ਕਿਵੇਂ ਫਿਰ ਤੂੰ ਬਸ ਆਪਣੀ ਜ਼ਹਾਨਤ ਨਾਲ ਲੈ ਜ਼ਹਾਨਤ ਐਡਾ ਤੂੰ ਜ਼ਹੀਨ ਇਹ ਪਠਾਨ ਵੀ ਸ਼ਿਦਾਦੀ ਕੋ ਐਡਾ ਤੂੰ ਜ਼ਹੀਨ ਹੈ ਮੇਰੇ ਇੱਕ ਸਵਾਲ ਦਾ ਜਵਾਬ ਦੇ ਪੁੱਛੋ ਇਹ ਜਿਹੜੇ ਜਾਨਵਰ ਜ਼ਮੀਨ ਤੇ ਫਿਰਦੇ ਨੇ ਉਹ ਬੱਚੇ ਦਿੰਦੇ ਨੇ ਬਿਲਕੁਲ ਠੀਕ ਹੈ ਜਿਹੜੇ ਅਸਮਾਨ ਤੇ ਉੱਡਦੇ ਨੇ ਉਹ ਆਂਡੇ ਦਿੰਦੇ ਨੇ ਉਹ ਕਿਹੜੀ ਸ਼ਾਇ ਅਸਮਾਨ ਤੇ ਵੀ ਉੱਡਦੇ ਤੇ ਬੱਚੇ ਵੀ ਦਿੰਦੇ ਅਸਮਾਨ ਪਤਾ ਨਹੀਂ ਏਅਰ ਹੋਸਟਸ ਇਹਨੂੰ ਕਿਵੇਂ ਪਤਾ ਇਹ ਉਹਦਾ ਹੀ ਮੁੰਡਾ ਹੈ ਸਵਾਲ ਦਾ ਜਵਾਬ ਦਿਓ ਹਾਂਜੀ ਬਾਈ ਇਹ ਜਾਨ ਕਿਹਨੂੰ ਦੇਣੀ ਅੱਲਾ ਨੂੰ ਛੋਟੀ ਬੱਚੀ ਮੈਨੂੰ ਦੇਣੀ ਜੇ ਮੇਰੇ ਇੱਕ ਸਵਾਲ ਦਾ ਜਵਾਬ ਦੇ ਉਹ ਕਿਹੜਾ ਕਾਰੋਬਾਰ ਜਿਹੜਾ ਐਨਕ ਤੋਂ ਬਗੈਰ ਨਹੀਂ ਹੋ ਸਕਦਾ ਐਨਕ ਵੈਲਡਿੰਗ ਦਾ ਨਹੀਂ ਹੋਰ ਸੁਨਿਆਰਿਆਂ ਦਾ ਨਹੀਂ ਹੋਰ ਐਨਕਾਂ ਦਾ ਯਾਰ ਬੰਦਾ ਕੌਣ ਹੈ ਯਾਰ ਪਾਗਲਾਂ ਨੂੰ ਵੀ ਪਾਗਲ ਬਣਾਏਗਾ ਕੀ ਮਹਿਸੂਸ ਕਰਦੇ ਹੋ ਖਾਬ ਆਉਂਦੇ ਆ ਡਾਕਟਰ ਸਾਹਿਬ ਰਾਤੀ ਅਜੀਬ ਮੈਨੂੰ ਖਾਬ ਆਇਆ ਕੀ ਮੈਂ ਦੇਖਿਆ ਮੈਂ ਉੱਤੇ ਚਲਾ ਗਿਆ ਜੰਨਤ ਤੇ ਚਲਾ ਗਿਆ ਜੰਨਤ ਦੇ ਵਿੱਚ ਇਬਾਦਤ ਦੀਆਂ ਆਵਾਜ਼ਾਂ ਆ ਰਹੀਆਂ ਮੈਂ ਬੜਾ ਖੁਸ਼ ਹੋਇਆ ਮੈਂ ਨਾਲ ਦੇਖਿਆ ਦੋਜ਼ਖ ਉੱਥੇ ਨਾਰੇ ਵੱਜੀ ਜਾ ਰਹੇ ਆ ਚੌਰੀ ਸ਼ਜਾਤ ਆਵੇ ਆਵੇ ਚੌਰੀ ਸ਼ਜਾਤ ਇਹ ਪਠਾਨ ਕਦੋਂ ਮੇਰੇ ਖਾਬ ਵਿੱਚ ਜਾਣਗੇ ਮੇਰੀ ਗੱਲ ਸੁਣੋ ਹਾਂਜੀ ਤੁਹਾਡੇ ਵਾਲਾ ਜਿਹੜਾ ਕੇਸ ਹੈ ਨਾ ਜੀ ਹਾਂਜੀ ਇਹ ਸ਼ੀਜ਼ੋਫਰੀਨੀਆ ਕੇਸ ਸ਼ੀਜ਼ੋਫਰੀਨੀਆ ਤੁਹਾਡੇ ਦਿਮਾਗ ਦਾ ਡੋਪਾਮੀਨ ਘਟ ਗਿਆ ਡੋਪਾਮੀਨ ਇਹ ਜ਼ੇਨ ਦੀ ਲੁਬਰੀਕੇਸ਼ਨ ਹੁੰਦੀ ਇਹ ਲੁਬਰੀਕੇਸ਼ਨ ਕੀ ਹੈ ਜੀ ਇਹ ਵਾਈਬ੍ਰੇਸ਼ਨ ਦੀ ਪੈਨ ਹੁੰਦੀ ਹੈ ਬਹੁਤ ਇਹ ਕਲੀਨਿਕ ਇੱਕ ਮੋਬਾਈਲ ਵਾਲੀ ਦੁਕਾਨ ਬੰਦਾ ਨਸ਼ੇ ਕਰੇ ਨਾ ਨਸ਼ੇ ਹਾਂਜੀ ਜ਼ੇਨ ਦੀ ਲੁਬਰੀਕੇਸ਼ਨ ਘਟ ਜਾਂਦੀ ਹੈ ਲੇਕਿਨ ਡਾਕਟਰ ਸਾਹਿਬ ਮੈਂ ਤੇ ਕਦੇ ਸ਼ਰਾਬ ਚਰਸ ਤੇ ਬੂਟੀ ਤੋਂ ਇਲਾਵਾ ਤਾਂ ਕਦੇ ਕੋਈ ਨਸ਼ਾ ਨਹੀਂ ਕੀਤਾ ਇਹ ਜੋ ਇਸ ਤਰ੍ਹਾਂ ਤੁਹਾਡੇ ਖਾਬ 'ਚ ਕੌਣ ਆਉਂਦਾ ਪਠਾਨ ਕੀ ਕਹਿੰਦੇ ਨੇ ਪਠਾਨ ਆ ਕੇ ਮੇਰੇ ਕੋਲ ਪੈਸੇ ਮੰਗਦਾ ਕਹਿੰਦਾ ਜਾਂ ਮਾਰਾ ਪੈਸੇ ਦਿਓ ਜਾਂ ਮਾਰੇ ਸਭ ਪਿਸ਼ਾਵਰ ਚਲੋ ਨਾ ਨਾ ਮੈਂ ਉਹਦੇ ਪੈਸੇ ਦੇਣ ਜੋਗਾ ਨਾ ਪਿਸ਼ਾਵਰ ਜਾਣ ਜੋਗਾ ਪੈਸੇ ਦੇਵਾਂਗਾ ਤੇ ਮਹੀਨੇ ਬਾਅਦ ਫਿਰ ਲੈਣ ਆ ਜਾਏਗਾ ਜੇ ਮੈਂ ਉਹਦੇ ਨਾਲ ਪਿਸ਼ਾਵਰ ਚਲਾ ਗਿਆ ਉਹ ਰੋਜ਼ ਲੈਣ ਆ ਜਾਏਗਾ ਇਹ ਮਸਲਾ ਬਾਬਾ ਇਹ ਪਠਾਨ ਵੀ ਸ਼ਿਦਾਦੀ ਕੌਮ ਹੈ ਸਹੀ ਗੱਲ ਹੈ ਇੱਕ ਪਠਾਨ ਪੈਰਾਸ਼ੂਟ ਵੇਚਦਾ ਪਿਆ ਅੱਛਾ ਮੈਂ ਕਿਹਾ ਖਾਨ ਸਾਹਿਬ ਪੈਰਾਸ਼ੂਟ ਦਾ ਕੀ ਫਾਇਦਾ ਕਹਿੰਦਾ ਇਸ ਕੋ ਪਹਿਨ ਕਰ ਜਹਾਜ਼ ਸੇ ਛਲਾਂਗ ਲਗਾਓ ਜਬ ਜ਼ਮੀਨ ਨਜ਼ਰ ਆਏ ਬਟਨ ਦਬਾਓ ਪੈਰਾਸ਼ੂਟ ਖੁੱਲ ਜਾਏਗਾ ਮੈਂ ਕਿਹਾ ਖਾਨ ਸਾਹਿਬ ਅਗਰ ਬਟਨ ਦਬਾਇਆ ਪੈਰਾਸ਼ੂਟ ਨਾ ਖੁੱਲਾ ਕਹਿੰਦਾ ਫਿਰ ਹਮ ਚੇਂਜ ਕਰ ਦੇਗਾ
ਮੇਰੀ ਖਾਬ ਚ ਰਾਤੀ ਪਠਾਨ ਹੈ। ਮੇਰੀ ਖਾਬ ਚ ਰਾਤੀ ਪਠਾਨ, ਮੇਰੀ ਉਹਦੇ ਲੜਾਈ ਹੋ ਪਈ। ਕਿਉਂ? ਅੱਜ ਮੈਂ ਸੋਣੀ ਨਹੀਂ। ਕਿਉਂ? ਉਹਨੇ ਬੰਦੇ ਲੈ ਕੇ ਆਉਣੇ। ਲੈ ਅੱਜ ਹੀ ਤਾਂ ਤੂੰ ਸੋਣਿਆ, ਅੱਜ ਤਾਂ ਤੇਰੀ ਦਿਹਾੜੀ ਲੱਗਣੀ। ਡਾਕਟਰ ਸਾਹਿਬ ਮੇਰਾ ਸਮਾਤ ਆਪਰੇਸ਼ਨ ਕਰ ਦਿਓ ਬਸ। ਤੁਹਾਡਾ ਆਪਰੇਸ਼ਨ ਹੋਏਗਾ ਛੋਟਾ ਜਿਹਾ। ਕਿਹੜਾ? ਤੁਹਾਡੀ ਕੰਸੈਂਟ੍ਰੇਸ਼ਨ ਠੀਕ ਹੋ ਜਾਏਗੀ। ਆਓ ਮੇਰੇ ਨਾਲ। ਕਿਹੜੀ ਬਿਮਾਰੀ ਹੈ? ਛੋਟਾ ਆਪਰੇਸ਼ਨ ਹੋਏਗਾ, ਸੁਣੋ। ਸਾਰੇ ਉਧਾਰ ਇਕੱਠੇ ਕਰੋ। ਹਰ ਬੰਦਾ ਇੱਕ ਇੱਕ ਹਥੌੜਾ ਲੈ ਕੇ ਆ ਜਾ। ਤੇਰੀ ਸ਼ਕਲ ਦਾ ਮੁੰਡਾ ਸਾਡੇ ਮੁੰਡੇ ਚ ਮੈਂ ਕੀ ਵਾਕਿਆ ਦੱਸਾਂ। ਰੈਂਟ ਤੇ ਮੋਟਰਸਾਈਕਲ ਲੈ ਕੇ ਗਿਆ ਵਿਚਾਰਾ। ਅੱਛਾ, ਜਾਂਦਾ ਟਰਾਲੇ ਦੇ ਥੱਲੇ ਆਇਆ, ਮੌਕੇ ਤੇ ਮਰ ਗਿਆ। ਤੈਨੂੰ ਕੋਈ ਮੋਟਰਸਾਈਕਲ ਰੈਂਟ ਤੇ ਨੀ ਦਿੰਦਾ?